कीड़े 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 मनवाला मेरे कीड़े चढ़ के देखे महाराज जी देख देख ओह नो हथ बन के बेनती है गंद ना उथे जाके पाई इथे तो जरा गंद पा रखा पा रखा ना गंद नू मैं दस की पाया गंद ऊ मरी जानी तू बे मेरी गल सुन तीन साल हो गए मेनू तो झलदी ओना ने नहीं चलना है मेरी गल सुन ला जो अज तक झलद ना चलन गए हूं भी ना फिर हूं मेरी गल सुन जो नहीं चलेंगे फिर होर कौन चलू मैं चंगा बाली फुकरी जी ना मार मैं इतो होर ना कुछ कहा नहीं चल चल गए रेट पहली हो चल आ जा मेरी गल सुनना हाथ बना ला मेरे मूहरे नु रोक लिया कर किसे पासे ओ मेरी गल सुन ला इनु तो कोई राजा रानी नहीं रोक सकते मेनू पता ही आ क्यों गंद पर तेरी ता बोतल दा डाटा हमेशा खुले ही रहंदा गा इहदा फिर खुले ही रहूगा मैं हुण चलना चल हुण चल चल डॉक्टर दे खड़ के जाई जाई अहीं जांदी नहीं मैं भी उठी मुड़ के आऊं उथे ओ कोई ना खड़ दूंगा आ जा चल आ जा आ जा अग लगी लेट करा दू बढ़ती मूहरे पैर भी चलते थे पूरे पूरे आ गए डॉक्टर साहब जी दवाई लैन आए थे लो भाई लो की दिक्कत है जी दिक्कत डॉक्टर साहब मैनू नी मेरे घर आले नू आ तैनू आ आ जा हां जी हां जी आ जा की दिक्कत है जी बस की दसा दिक्कत है भाई पुछी ना बस तू ऐसे तक ना सही है इधर कर मना जा ओए होए होए बीमारी भाई तेरी गंभीर है की डॉक्टर साहब की होए जी
ਤੇ ਤਾਂ ਮੈਨੂੰ ਲੱਗਦਾ ਜਿਵੇਂ ਪੱਦਾਂ ਦੀ ਨਾੜੀ ਫਟੀ ਹੁੰਦੀ ਜਿਵੇਂ ਤੇਰੀ। ਉਹ ਨਹੀਂ ਡਾਕਟਰ ਸਾਹਿਬ, ਇਹ ਤਾਂ ਵੈਸੇ ਹੀ ਮੈਨੂੰ ਆਦਤ ਹੈ। ਅੱਛਾ ਆਦਤ ਹੈ, ਇਹ ਤਾਂ ਭਾਈ ਉਹ ਸਿਹਤ ਲਈ ਚੰਗੇ ਵੀ ਹੁੰਦੇ ਨੇ, ਉਹ ਭਾਈ ਬਾਹਲੀ ਵੱਡੀ ਗੰਭੀਰ ਬਿਮਾਰੀ ਹੈ ਨਹੀਂ ਇਹ। ਲੈ ਬਾਈ ਤੂੰ ਕਹਿੰਦਾ ਸਿਹਤ ਲਈ ਚੰਗੇ ਆ, ਮੇਰੀ ਕਹਿੰਦੇ ਸਿਹਤ ਹੀ ਬੰਦਲਾ ਰੱਖੀ ਆ, ਮੈਂ ਤਾਂ ਦੁਖੀ ਕਰੀ ਪਈਆਂ, ਮੇਰੇ ਤਾਂ ਮਗਜ ਮਾਰ ਰੱਖੇ ਇਸ ਬੰਦੇ ਨੇ। ਨਹੀਂ ਭਾਈ ਇਹ ਤਾਂ ਪੱਦ ਸਿੱਕ ਤੇ ਡਕਾਰ, ਇਹ ਤਿੰਨੇ ਸਿਹਤ ਦਾ ਸ਼ਿੰਗਾਰ। ਉਹ ਇਹੀ ਤਾਂ ਡਾਕਟਰ ਸਾਹਿਬ ਮੈਂ ਸਮਝਾਈ ਜਾਂਦਾ ਇਹਨਾਂ ਨੂੰ, ਸਮਝਦੇ ਨਹੀਂ। ਕੀ ਦੱਸਾਂ ਬਾਈ, ਤੂੰ ਵੀ ਕਹਿਤਾ ਹੁਣ ਇਹਦੀ ਸਿਹਤ ਦਾ ਸ਼ਿੰਗਾਰ, ਇਸੇ ਦੀ ਸਿਹਤ ਦਾ ਸ਼ਿੰਗਾਰ ਆ, ਮੇਰਾ ਤਾਂ ਹਾਰ ਸ਼ਿੰਗਾਰ ਹੀ ਖਰਾਬ ਕਰਿਆ ਪਿਆ ਡਾਕਟਰ ਸਾਹਿਬ। ਕੋਈ ਗੱਲ ਨਹੀਂ ਭਾਈ, ਤੁਸੀਂ ਲੜੋ ਨਾ, ਮੈਂ ਤੁਹਾਨੂੰ ਦਵਾਈ ਲਿਖ ਕੇ ਦੇ ਦਿੰਦਾ, ਠੀਕ ਹੈ। ਦਵਾਈ ਵੀ ਇਹੋ ਜਿਹੇ ਲਿਖ ਕੇ ਦੇਊਂਗਾ ਵੀ ਤੁਹਾਨੂੰ ਪਦਮਾ ਦੀ ਦੂਰ ਗੱਲ ਹੈ, ਸੁੰਘਣ ਕਿ ਨਹੀਂ ਦੱਸੂ। ਅੱਛਾ ਡਾਕਟਰ ਸਾਹਿਬ। ਹਾਂਜੀ ਹਾਂਜੀ ਡਾਕਟਰ ਸਾਹਿਬ, ਮੜਾ ਦੇਖ ਕੇ। ਹਾਂ ਕੋਈ ਗੱਲ ਨਹੀਂ, ਜੇ ਮੈਂ ਬੰਦ ਕਰ ਲਾਵਾਂਗੇ ਆਪਾਂ ਟੈਨਸ਼ਨ ਕਿਉਂ ਲੈਣਾ। ਡਾਕਟਰ ਸਾਹਿਬ ਜੇ ਬੰਦ ਹੋ ਗਏ, ਮੈਂ ਕਹਿੰਦੀ ਸੀ ਵੀ ਦਿਮਾਗ ਦਮੂਕ ਨੂੰ ਨਾ ਚੜ ਜੇ ਇਹਦੇ ਗੰਦ। ਨਾ ਨਾ ਨਾ, ਐਂ ਦਿਮਾਗ ਨੂੰ ਚੜਦਾ ਗਾ, ਜੇ ਚੜਾ ਸਮਾਰ ਕੇ ਚੜੂ ਤੇ ਜਮੀ ਚੜਦਾ ਗਾ। ਡਾਕਟਰ ਸਾਹਿਬ ਤੁਸੀਂ ਇਹ ਗਲਤ ਬੰਦ ਕਰਤੀ। ਡਾਕਟਰ ਸਾਹਿਬ ਇਹਨੂੰ ਜਿਹੜੇ ਦਵਾਈ ਨਾਲੇ ਮੈਂ ਲੈ ਲਿਓ, ਇੱਕ ਸਵੇਰੇ ਇੱਕ ਸ਼ਾਮ। ਅੱਛਾ ਡਾਕਟਰ ਸਾਹਿਬ, ਮੈਂ ਕਹਿੰਦੀ ਸੀ ਮੈਂ ਜਾਣਾ ਆਪਦੇ ਪੇਕੀ, ਬਾਹਲੇ ਦਿਨ ਮੈਂ ਕਹਿੰਦੀ ਨਹੀਂ, ਭਾਵੇਂ ਦੋ ਦਿਨ ਹੀ ਬੰਦ ਹੋ ਜਾਣ, ਮੈਨੂੰ ਸੁੱਖ ਦਾ ਸਾਹ ਆ ਜੂਗਾ। ਡਾਕਟਰ ਸਾਹਿਬ ਸਰ ਹੀ ਬਹਿਣਾ, ਮੈਂ ਇਹਦਾ ਗ੍ਰੇਨੇਡ ਬੰਬ ਵੀ ਹਮਲਾ ਕਰ ਦੇਣਗੇ। ਬੇਚਾਰ ਬੇਚਾਰ ਗੱਲਾਂ ਨਾ ਮਾਰ, ਚੱਲ ਡਾਕਟਰ ਸਾਹਿਬ ਇਹਨੂੰ ਠੀਕ ਹੋ ਜਾ, ਮੈਂ ਘਰੇ ਜਾ ਕੇ ਲੈ ਆਉਂਦਾ ਹਾਂ। ਠੀਕ ਹੈ। ਹਾਂ ਮਾਰ ਮਾਰ ਪਾਤੇ ਪੁੱਤ, ਪਦ ਵੀ ਕੋਈ ਖਾਨਦਾਨ ਨੀ ਮਾਰਦਾ ਗਾ, ਤੂੰ ਮਾਰ ਕੇ ਦੇਖ ਇਹਨੇ ਪਦ। ਲੈ ਬੇਬੇ ਤੂੰ ਵੀ ਨਾ ਮੇਰੀ ਗੱਲ ਸੁਣ, ਪਦ ਵੀ ਤਾਂ ਟਾਈਮ ਸਿਰ ਹੀ ਚੰਗੇ ਲੱਗਦੇ ਨੇ, ਇਹ ਤਾਂ ਸਾਰਾ ਦਿਨ ਹੀ ਮਰੀ ਜਾਂਦਾ ਰਹਿੰਦਾ। ਲੈ ਪਾਸੋਂ ਮੈਂ ਵਿਆਹ ਵਾਗੀ ਉੱਥੇ ਗੰਦੀ ਪਾਈ ਰੱਖਿਆ, ਨਾਲੇ ਖਾਈ ਜਾਊ ਨਾਲੇ ਮਰੀ ਜਾਊਗਾ। ਨਹੀਂ ਗੱਲ ਸੁਣ ਧੀਏ, ਪਦ ਹੀ ਮਾਰਦਾ ਇਹ, ਕੋਈ ਬੰਦਾ ਮਾਰਿਆ ਇਹਨੇ? ਕਿਹੜਾ ਕੋਈ ਬੰਦਾ ਮਾਰਿਆ, ਗੱਲ ਤਾਂ ਉਹੀ ਪਤਾ ਲਗਾਈ ਜੀ ਸਰ, ਤੂੰ ਪੱਦਾਂ ਦੀਆਂ ਗੱਲਾਂ ਕਰ ਜਾਣ ਕਿ ਚਾਹ ਪਾਣੀ ਵੀ ਪਾਉਣਾ। ਚੱਲ ਆ ਜਾ ਜਾ ਚਾਹ ਪਾਣੀ ਪੁੱਛ ਲੈ ਬੇਬੇ, ਮੇਰੇ ਮੇਰੇ ਤਾਂ ਬਾਲੀ ਤਾਂ ਪੀ ਪਈਆਂ ਹੈ ਤੂੰ, ਆਇਆ ਚੱਲੀ ਤੇ ਆ ਜਾ ਪੁੱਤ, ਚਾਹ ਪਾਣੀ ਪੀ ਲੈ। ਚੱਲ ਪਤਾ ਕੀ ਕਰ, ਫੇਰ ਮਾਰ ਦੀ ਤਾਂ ਚਾਹ ਪੀ ਲੈ ਪੁੱਤ, ਉਹਨੇ ਮੰਜਾ ਲਿਆ ਪੁੱਤ। ਹਾਂ ਮੈਂ ਲਿਆ। ਉਹ ਮਰੀ ਜਾਂਦੀ ਆ, ਆਪ ਤਾਂ ਇਹਨਾਂ ਦੀ ਮਾਰਦੀ ਨੀ ਬੇਬੇ। ਦਾਦੇ ਕਿੱਥੇ ਥੇ? ਸਾਰੀ ਸੁੱਖ ਸ਼ਾਂਤ ਆ, ਤੂੰ ਤਾਂ ਠੀਕ ਰਹਿ। ਹਾਂ ਹਾਂ ਠੀਕ ਆ ਬਸ ਬੇਬੇ, ਕੀ ਦੱਸਾਂ ਤੈਨੂੰ, ਪਾਣੀ ਲੈ ਆਉਂਦੀ ਮਾੜਾ ਜਿਹਾ ਪਾਣੀ। ਕੰਮ ਕਾਰ ਵਧੀਆ ਚੱਲਦਾ ਬੇਬੇ, ਇੱਧਰ ਵੀ ਤੇ ਉੱਧਰ ਵੀ। ਅੱਛਾ ਨੀ ਕੰਮ ਕਰਤਾ ਮਾਏ ਦਾ ਠਾਠਾ ਮਾਰਦਾ ਠਾਠਾ। ਤੈਨੂੰ ਤਾਂ ਪੁੱਤ ਤੈਨੂੰ ਇਹ ਪ੍ਰਾਹੁਣਾ ਪਾਲ ਕੇ ਦਿੱਤਾ ਗਾ। ਬਹਿ ਜਾ ਭਾਈ, ਲੋਕਾਂ ਦੇ ਪ੍ਰਾਹੁਣੇ ਗਲਾਂ ਦੇ ਵਿੱਚ ਸ਼ਰਾਬ ਪੀ ਕੇ ਡਿੱਗੇ ਰਹਿੰਦੇ। ਬਹਿ ਜਾ ਪੁੱਤ ਮਾਰਦੀ, ਬਹਿ ਜਾ ਅੱਜ ਬੇ ਹੜ ਜਾ, ਕਿਉਂ ਗੰਦ ਪਾਇਆ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਹੋਰ ਖੁਸ਼ੀ ਕਿਵੇਂ? ਠੀਕ ਹੈ, ਕੀ ਹੋ ਗਿਆ? ਆਏ ਮੂੰਹ ਢੱਕ ਲੈ, ਜੀਜੇ ਤਾਂ ਮੁਸਕ ਮਾਰਦੀ ਆ। ਦਵਾਈ ਸ਼ੁਰੂ ਕੀਤੀ ਆ, ਵਧੀਆ ਜਵਾਕ ਹੁੰਦੇ ਆ ਤੇ ਉੱਥੋਂ ਦਵਾਈ ਦਵਾ ਦਿੰਨੇ ਆਪਾਂ। ਦੇਖਦੀ ਹੈ ਦਵਾਈ ਤਾਂ ਬਹੁਤ ਥਾਂ ਤੇ ਸਾਨੂੰ ਦੱਸ ਪਾਈ ਆ, ਮੈਂ ਜਾਣ ਕੇ ਦਮਾਉਂਦੀ ਅੱਡੀ ਛੇਤੀ ਕੀ ਆ। ਲੈ ਦਵਾਈ ਤੋਂ ਯਾਦ ਆ ਗਿਆ ਜੀ, ਤੁਸੀਂ ਦਵਾਈ ਲੈ ਲਈ ਜਿਹੜੀ ਆਪਾਂ ਆਉਂਦੇ ਹੋਏ ਲੈ ਕੇ ਆਏ ਆ? ਨਾ ਨਾ ਅੱਜ ਤਾਂ ਲੈਣੀ ਆ।
ਬੇਲੇ ਦਾ ਫਰਕ ਪੈ ਜੂ ਮਾੜਾ ਮੋਟਾ। ਓ ਮੇਰੀ ਗੱਲ ਸੁਣ, ਖਾਲਾ ਨੂੰ ਲੱਗਦੇ ਆ ਨੱਕੇ, ਦਰਿਆਵਾਂ ਨੂੰ ਨਹੀਂ। ਨੀ ਕਿਉਂ ਟੋਪੀ ਜਾਂਦੀ ਆ ਸਾਰਾ ਸਾਨਾ? ਨੀ ਬੇਬੇ ਤੂੰ ਹੀ ਮਾਰ ਲੈ ਮੱਥਾ, ਅਸੀਂ ਤਾਂ ਕੰਮ ਕਰਦੇ ਆ ਰੋਟੀ ਟੋਪ ਕਰਦਾ। ਮੇਰੀ ਗੱਲ ਸੁਣ ਪੁੱਤ, ਅਸੀਂ ਦਵਾਈਆਂ ਤੋਂ ਕੀ ਕਰਨਾ ਗਾ, ਕੱਲ ਵਿਆਹ ਕੇ ਆਈ ਆ ਗੀ, ਹਜੇ ਇਹਨਾਂ ਦੀ ਖਾਣ ਹੰਢਾਉਣ ਦੀ ਉਮਰ ਆ। ਓਏ ਤਾਂ ਉਹੀ ਮਰ ਜਾਂਦੀ ਆ ਬੇਬੇ, ਇਹਨੂੰ ਕੀ ਪਤਾ। ਐਵੇਂ ਕਮਲ ਘੋਟੀ ਹੋਰ ਸੁਣਾ, ਤੇਰੀ ਸਿਹਤ ਠੀਕ ਰਹਿੰਦੀ ਆ? ਠੀਕ ਰਹਿੰਦੀ ਆ ਪੁੱਤ। ਤੇ ਮੁੰਡਾ ਕਿੱਥੇ ਆਪਣਾ? ਮੁੰਡਾ ਇੱਥੇ ਆਉਣ ਵਾਲਾ ਹੀ ਆ ਬਸ। ਬੋਤਲ ਨੂੰ ਡੀਕਦਾ ਪੀਊਗਾ ਤੇ ਪਿਆਊਗਾ ਬਸ, ਫਿਰ ਸਮਝ ਜਾ ਕਰ। ਸਮਝ ਜਾ ਕਰ, ਫੋਨ ਫੜਦਾ ਕਰ ਜਾ ਕਰ, ਆਉਣ ਲੱਗੇ ਬੰਦਾ ਇੰਤਜ਼ਾਮ ਤਾਂ ਕਰ ਲੈ। ਓ ਯਾਰ ਫੋਨ ਮੈਂ 20 ਵਾਰੀ ਘੇਟ ਆ ਦਾ ਖੜਾ ਯਾਰ, ਪਿੰਡ ਫੋਨ ਕਰਦਾ ਮੈਂ, ਸੋਹਣਾ ਲੱਗਦਾ ਦੇਖ ਲੈ, ਜੇ ਕਿਤੇ ਮੈਂ ਤੋ ਬਣਾਤੀ ਨਾ ਹੋ ਤੇ ਤੋ ਸੁੰਗੇ ਵੀ ਨਹੀਂ ਜਾਣੇ। ਓ ਛੱਡਿਆ ਕਰ, ਤੂੰ ਇਹਦੇ ਨਾਲ ਤੇਰਾ ਮੇਰਾ ਕੋਈ ਮੁਕਾਬਲਾ ਨਹੀਂ। ਤੂੰ ਮੇਰੀ ਗੱਲ ਸੁਣ, ਬਹੁਤੀਆਂ ਗੱਲਾਂ ਨਾ ਮਾਰ, ਕਰਕੇ ਨਾ ਹੱਲ ਹੋਣਾ। ਓਏ ਉਹਦਾ ਤਾਂ ਮੈਂ ਹੱਲ ਕਰ ਦੂੰ, ਪਹਿਲਾਂ ਮੈਨੂੰ ਆਏ ਦੱਸ, ਆ ਜਿਹੜਾ ਬਾਹਰ ਲਾਲ ਉੱਡਣ ਖਰੋਲਾ ਜਿਹਾ ਖੜਾ, ਇਹ ਕਿਹਦਾ? ਇਹ ਆਪਣਾ ਹੈ। ਤੇਰਾ ਇਹ ਲਿਆਂਦਾ? ਮੈਂ ਚਾਬੀ ਦੇ ਵਾਵੀ ਝੂਟਾ ਝਾੜ ਲਿਆ ਵਾਂ। ਤੂੰ ਐਂ ਕਰ, ਮੈਂ ਤਾਂ ਮੇਰੀ ਗੱਲ ਸੁਣ, ਚਾਬੀ ਉੱਥੇ ਪਈ ਆ ਟੰਗੀ, ਠੀਕ ਆ? ਮੈਂ ਤਾਂ ਚਾਬੀ ਲੈ ਜੀ ਤੇ ਮੈਂ ਉਹ ਲੈ ਲਈ। ਉਹ ਵੀ ਲਿਆਊਂਗਾ, ਹੁਣ ਤਾਂ ਪੰਜਾਬ ਸਰਕਾਰ ਨੇ ਸਸਤੀ ਕਰਤੀ, ਪੀਂਗਾ ਕਿਹੜੀਆਂ ਦੱਸ ਤੂੰ? ਜਿਹੜੀ ਮਰਜ਼ੀ ਲਿਆ ਦੇ ਉਹੀ ਪੀ ਲਾਂਗੇ। ਤੈਂ ਤਾਂ ਪੀ ਕੇ ਪਾਤੀ ਮਾਰਨੇ ਆ। ਉਹ ਲਿਆਈ ਛੇਤੀ ਮੜਾ। ਚੰਗਾ, ਹਾਂ ਚੰਗਾ। ਤਲਾਕ ਦੇ ਦਾ, ਪਰ ਤਲਾਕ ਕਿਵੇਂ ਦੇਵਾਂ? ਲੋਕ ਕਹਿ ਦਿੰਦੇ ਨੇ ਸ਼ਰਾਬ ਪਿੱਛੇ ਤਲਾਕ ਦਿੱਤਾ, ਕੋਈ ਕਹਿੰਦਾ ਕਾਹਦੇ ਪਿੱਛੇ ਤਲਾਕ ਦਿੱਤਾ। ਨੀ ਮੈਂ ਲੋਕਾਂ ਨੂੰ ਕੀ ਦੱਸੂ, ਮੈਂ ਪਰਦਾ ਕਰਕੇ ਤਲਾਕ ਦਿੱਤਾ ਉਹਨੂੰ ਹੈ? ਨਾਲੇ ਪੰਡਿਤ ਐਂ ਕਹਿੰਦਾ ਸੀ ਵੀ ਸਾਰੇ ਗੁਣ ਇੱਕੋ ਜਿਹੇ ਮਿਲਦੇ ਨੇ। ਨਹੀਂ ਮੇਰੇ ਚ ਤਾਂ ਪੱਦਾਂ ਵਾਲਾ ਗੁਣ ਹੀ ਨਹੀਂ ਸੀ, ਪਤਾ ਨੀ ਕਿੱਥੋਂ ਕਿਹੋ ਜਿਹਾ ਗੁਣ ਪਾਤਾ ਇਹਦੇ ਚ। ਨੀ ਸਹੀ ਗੱਲ ਹੈ, ਤੂੰ ਤੈਨੂੰ ਕਿਤੇ ਲੈ ਕੇ ਵੀ ਨੀ ਜਾ ਸਕਦੀ। ਨੀ ਹੋਰ ਤਾਂ ਹੋਰ, ਸਾਡੇ ਘਰ ਦੇ ਧੂਪ ਵੀ ਮੁੱਕੀ ਪਈ ਆ, ਮੈਨੂੰ ਤਾਂ ਇਹ ਸੀ ਪਹਿਲਾਂ ਤਾਂ ਧੂਪ ਧੱਕ ਲਿਆਉਂਦੇ। ਨੀ ਕੀ ਦੱਸਾਂ ਭਾਬੀ, ਮੇਰਾ ਤਾਂ ਮਗਜੀ ਮਰਿਆ ਪਿਆ ਗਾ, ਮੈਨੂੰ ਧੁੱਫਾਂ ਕੁਛ ਨੀ ਸੋਚਦੀਆਂ ਹੈਗੀਆਂ, ਮੈਨੂੰ ਤਾਂ ਕੱਲਾ ਖੜਕ ਹੀ ਸੁਣਦਾ ਗਾ। ਭੈਣੇ ਤੂੰ ਤਾਂ ਧੰਨ ਦੀ ਤਕੜੀ ਆ, ਜਿਹੜੀ ਇਹਦੇ ਨਾਲ ਕੱਟਦੀ ਆ, ਇਹਦੇ ਕੋਲ ਤਾਂ 2 ਮਿੰਟ ਖੜਨਾ ਦੁੱਬਰ ਹੋ ਜਾਂਦਾ ਗਾ। ਨੀ ਹੋਰ ਕੀ ਕਰਾਂ, ਕਿੱਧਰ ਜਾਵਾਂ? ਤੁਸੀਂ ਇਹ ਦੱਸ ਇਲਾਜ, ਮੈਂ ਫਿਰ ਉਹੀ ਇਲਾਜ ਕਰ ਲੂੰ, ਮੈਂ ਤਾਂ ਮੌਤ ਬਹੁਤ ਔਖੀ ਕੱਟਦੀ ਆ ਇਹਦੇ ਨਾਲ। ਭੈਣੇ ਤੈਨੂੰ ਮੈਂ ਦੱਸਦੀ ਆ ਹਾਲ, 1 ਮਿੰਟ ਖੜ, ਮੈਂ ਹੁਣੇ ਆਈ। ਇਹਦੇ ਦਿਮਾਗ 'ਚ ਕੁਛ ਆਇਆ ਹੋਊਗਾ। ਨੀ ਕੀ ਪਤਾ, ਚੰਗਾ ਹੀ ਦੱਸ ਦਿਓ, ਮੇਰਾ ਖਹਿੜਾ ਸੁੱਟ ਜੂ ਇਹ ਤਾਂ। ਨੀ ਨਾਲੇ ਦਾ ਕਰੀ ਕਰੀ, ਮੇਰੀ ਗੱਲ ਸੁਣ, ਤੇਰੀ ਮੈਂ ਗੱਲ ਕੱਟੀ, ਉਹਦਾ ਕੋਠੇ ਕਰਨ ਤੇ ਡਾਦੀ ਮੁੰਜ ਆ, ਨੀ ਸਾਨੂੰ ਕਰੀ ਸੌਣ ਦੇਣਾ ਨੀ ਸਾਰੀ ਅਮਰੀਕਾ। ਮੇਰੀ ਗੱਲ ਸੁਣ,
ਕਰਾਰਾ ਕਰੂਰਾ ਲਿਆ ਯਾਰ ਕੁਛ ਉਹ ਪਰੋਣਿਆ ਰਸਗੁੱਲੇ ਧਰੇ ਜੇ ਹੋਏ ਆ ਕੁੜਕੜੇ ਖਾਦੇ ਪਏ ਰੂ ਖਾਣਾ ਨੂੰ ਉਹ ਦਿਲ ਫੱਟੇ ਪੂੰਝ ਰਹੇ ਉਹ ਇਹ ਖਾਉ ਹੁਣ ਬਜ਼ਾਰੂ ਨਾ ਗੰਡਾ ਗੁੰਡਾ ਨਹੀਂ ਗਾ ਗੰਡਾ ਗੁੰਡਾ ਓਏ ਓਏ ਰਾਮ ਕਰ ਉਹ ਸਾਡੇ ਪਰਿਵਾਰ ਤੇ ਓਏ ਤੂੰ ਪਹਿਲਾ ਘੱਟ ਛੱਡਦਾ ਇਹਨਾਂ ਤੂੰ ਗੰਡੇ ਖਾਲੇ ਸੋਹਣੇ ਤੇ ਦਸਾਂ ਕਿਹੜੀ ਗੱਲ ਹੋ ਜੂ ਬੋਲੇਗੀ